ਕਿਸਾਨਾਂ ਨੇ ਬੀਜੇਪੀ ਲੀਡਰਾਂ ਦੇ ਖਿਲਾਫ ਮੋਰਚਾ ਤਾਂ ਲੰਮੇ ਸਮੇਂ ਤੋਂ ਖੋਲਿਆ ਹੋਇਆ, ਪਰ ਹੁਣ ਚੋਣਾਂ ਵੇਲੇ ਕਿਸਾਨਾਂ ਨੇ ਆਪਣਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਹੋਇਆ। ਕਿਸਾਨ ਥਾਂ ਥਾਂ ਤੇ ਬੀਜੇਪੀ ਲੀਡਰਾਂ ਦਾ ਘਿਰਾਵ ਕਰ ਰਹੇ ਨੇ। ਜਿੱਥੇ ਵੀ ਬੀਜੇਪੀ ਲੀਡਰ ਪ੍ਰਚਾਰ ਕਰਨ ਨਿਕਲਦੇ ਸੀ, ਕਿਸਾਨਾਂ ਨੂੰ ਆਪਣੇ ਸਾਹਮਣੇ ਖੜਾ ਪਾਉਂਦੇ ਸੀ, ਪਰ ਹੁਣ ਕਿਸਾਨ ਪੰਜਾਬ, ਹਰਿਆਣਾ ਤੇ ਦਿੱਲੀ ਦੇ ਵਿੱਚ ਬੀਜੇਪੀ ਲੀਡਰਾਂ ਦੇ ਘਰਾਂ ਤੇ ਦਫ਼ਤਰਾਂ ਦੇ ਬਾਹਰ ਡੇਰਾ ਲਗਾ ਕੇ ਬੈਠ ਗਏ। ਇਸ ਵਾਰ ਬੀਜੇਪੀ ਲੀਡਰਾਂ ਦੀ ਸ਼ਬਦਾਵਲੀ ਨੂੰ ਲੈ ਕੇ ਕਿਸਾਨ ਭੱਖੇ ਹੋਏ ਨੇ। ਕਿਸਾਨਾਂ ਨੇ ਬਠਿੰਡਾ, ਫਿਰੋਜ਼ਪੁਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਦੇ ਵਿੱਚ ਵੀ ਬੀਜੇਪੀ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਧਰਨਾ ਦਿੱਤਾ ਹੈ। ਤੇ ਮੋਦੀ ਜੀ, ਤੁਸੀਂ ਵਾਅਦੇ ਕੀਤੇ ਸੀ ਸੱਤਾ 'ਚ ਆਉਣ ਤੋਂ ਪਹਿਲਾਂ ਵੀ ਔਰ ਦਿੱਲੀ ਅੰਦੋਲਨ ਤੋਂ ਬਾਅਦ 'ਚ, ਤੁਸੀਂ ਜਦੋਂ ਇਹ ਚੀਜ਼ਾਂ, ਇਹ ਮੰਗਾਂ ਤੁਹਾਡੀਆਂ ਅਸੀਂ ਪੂਰੀਆਂ ਕਰਾਂਗੇ, ਪਰ ਉਹ ਅਜੇ ਤੱਕ ਤੁਹਾਡੇ ਵਾਅਦੇ ਵਫਾ ਨਹੀਂ ਹੋਏ, ਪਰ ਉਦੋਂ ਵੀ ਨਹੀਂ ਸੁਣਿਆ ਗਿਆ ਸਾਨੂੰ। ਤੇ ਹੁਣ ਆਹ ਜਿਹੜਾ ਅੱਜ ਦਾ ਪ੍ਰੋਗਰਾਮ ਦਿੱਤਾ, ਇਸੇ ਦਾ ਇੱਕ ਹਿੱਸਾ ਕਿ ਅਸੀਂ ਆਪਣੀ ਉਹ ਗੱਲ, ਆਪਣਾ ਸੁਨੇਹਾ ਜਿਹੜੇ ਕੈਂਡੀਡੇਟ ਬੀਜੇਪੀ ਦੇ ਉਹਨਾਂ ਦੇ ਰਾਹੀਂ ਮੋਦੀ ਜੀ ਤੱਕ ਪਹੁੰਚਾਈਏ। ਕਿਸਾਨਾਂ ਦਾ ਕਹਿਣਾ ਹੈ ਕਿ ਚੋਣਾਂ ਦੇ ਵਿੱਚ ਭਾਵੇਂ ਕੋਈ ਵੀ ਪਾਰਟੀ ਕਿਉਂ ਨਾ ਜਿੱਤੇ, ਪਰ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। 4 ਜੂਨ ਤੋਂ ਬਾਅਦ ਕਿਸਾਨ ਦਿੱਲੀ ਕੂਚ ਕਰਨਗੇ। 2 ਜਨਵਰੀ ਨੂੰ ਪੂਰੇ ਬਾਰਡਰਾਂ ਤੇ ਅਸੀਂ ਜਿੰਨੇ ਵੀ ਕਿਸਾਨ ਸਾਡੇ ਕਣਕਾਂ ਵੇਲੇ ਆਏ ਜਾਂ ਕੁਝ ਟਰੈਕਟ ਆਏ, ਅਸੀਂ ਉਵੇਂ ਜ਼ਿਕਰ ਸਾਡਾ ਜਿਹੜਾ 4 ਜੂਨ ਨੂੰ ਪੂਰੇ ਮੋਰਚੇ ਸਾਡੇ ਭਰੇ ਦਿਸਣਗੇ। ਤੇ ਜਿਹੜਾ ਅੱਗੇ ਗੱਲ ਰਹਿ ਗਈ, ਸਰਕਾਰ ਚਾਹੇ ਇੱਥੇ ਵਿਰੋਧੀਆਂ ਦੇ ਬਣੇ ਚਾਹੇ ਇਹਨਾਂ ਦੀ ਬਣੇ, 4 ਤਰੀਕ ਤੋਂ ਬਾਅਦ ਸਾਡਾ ਉਹੀ ਸਟੈਂਡ ਹੋਊਗਾ ਦਿੱਲੀ ਜਾਣ ਦਾ, ਉਸ ਤੇ ਅਸੀਂ ਕਾਇਮ। ਹੰਸਰਾਜ ਹੰਸ ਅਤੇ ਰਵਨੀਤ ਬਿੱਟੂ ਖਾਸ ਤੌਰ ਤੇ ਕਿਸਾਨਾਂ ਦੇ ਨਿਸ਼ਾਨੇ ਤੇ ਨੇ, ਕਿਉਂਕਿ ਲਗਾਤਾਰ ਕਿਸਾਨਾਂ ਨੂੰ ਇਹ ਲਲਕਾਰ ਰਹੇ ਨੇ। ਕਈ ਥਾਵਾਂ ਤੇ ਕਿਸਾਨ ਵੀ ਆਪੇ ਤੋਂ ਬਾਹਰ ਹੋ ਜਾਂਦੇ ਨੇ। ਇਸ ਸ਼ਬਦੀ ਜੰਗ ਅਤੇ ਵਾਰ ਪਲਟਵਾਰ ਦੇ ਵਿੱਚ ਇੱਕ ਚੀਜ਼ ਹੈ ਤੇ ਉਹ ਹੈ ਕਿਸਾਨਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ। ਹੁਣ ਦੇਖਣਾ ਇਹ ਹੈ ਕਿ 4 ਜੂਨ ਤੋਂ ਬਾਅਦ ਕਿਸ ਦੀ ਸਰਕਾਰ ਬਣਦੀ ਹੈ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਜਾਂ ਫਿਰ ਨਹੀਂ। ਬਿਊਰੋ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।